ਪਿੰਡ ਹੀਰੋਂ ਖੁਰਦ ਜ਼ਿਲ੍ਹਾ ਮਾਨਸਾ ਤੋਂ ਬੋਲ ਰਿਹਾ ਹਾਂ। ਸੋ ਕਿਸਾਨ ਵੀਰੋ, ਆਹ ਅਸੀਂ ਕਣਕ ਹੈਪੀ ਸੀਡਰ ਨਾਲ ਲਗਭਗ ਇੱਕ ਮਹੀਨਾ ਪਹਿਲਾਂ ਬੀਜੀ ਸੀਗੀ ਅਤੇ ਹੁਣ ਇਸ ਕਣਕ ਨੂੰ ਅਸੀਂ ਪਾਣੀ ਲਾਉਣਾ ਸ਼ੁਰੂ ਕਰਤਾ। ਇਸ ਵਾਰ ਥੋੜ੍ਹਾ ਜਿਹਾ ਮੌਸਮ ਖੁਸ਼ਕਾ, ਕਣਕ ਥੋੜ੍ਹੀ ਜਿਹੀ ਅਲਸਾਉਣ ਜਿਹੀ ਲੱਗ ਜਾਂਦੀ ਹੈਗੀ। ਵੈਸੇ ਲਗਭਗ ਹੈਪੀ ਸੀਡਰ ਵਾਲੀ ਕਣਕ ਨੂੰ ਪਾਣੀ 35-40 ਦਿਨਾਂ ਤੋਂ ਲਾਇਆ ਜਾਵੇ ਤਾਂ ਵੀ ਕੋਈ ਗੱਲ ਨਹੀਂ ਹੈਗੀ। ਸੋ ਵੀਰੋ ਦੱਸ ਰਿਹਾ, ਜਿਹੜੇ ਲੋਕ ਕਹਿੰਦੇ ਨੇ ਵੀ ਹੈਪੀ ਸੀਡਰ ਵਾਲੀ ਕਣਕ ਵਧੀਆ ਨਹੀਂ ਹੁੰਦੀ ਜਾਂ ਐਂ ਨਹੀਂ ਹੁੰਦੀ, ਇਹ ਪੂਰੇ ਸਾਰੇ ਦੇ ਸਾਰੇ ਖਰਚਿਆਂ ਵਿੱਚ ਕਣਕ ਸਾਡੀ ਬੀਜੀ ਹੋਈ ਆ। ਪਹਿਲਾਂ ਅਸੀਂ SMS ਮਸ਼ੀਨ ਤੋਂ ਵਢਾਈ ਸੀਗੀ, ਲਗਭਗ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਓ ਵੀ ਕਣਕ 50 ਕਿਲੋ ਬੀਜ ਪਾਇਆ ਸੀਗਾ। ਥੋੜ੍ਹਾ ਜਿਹਾ ਵਾਹਣ ਉਸ ਟਾਈਮ ਗਿੱਲਾ ਹੋਣ ਕਰਕੇ ਸਾਡਾ ਬੀਜ ਸਾਰਾ ਹਰਾ ਹੋ ਗਿਆ। ਸਾਨੂੰ ਇਹ ਕਣਕ ਹਜੇ ਵੀ ਥੋੜ੍ਹੀ ਜਿਹੀ ਜ਼ਿਆਦਾ ਸੰਘਣੀ ਲੱਗ ਰਹੀ ਹੈਗੀ ਅਤੇ ਵੀ ਜੇ ਵਾਹਣ ਆਪਣੀ 72 ਨੋਰਮਲ ਆ ਗਈ ਤਾਂ 50 ਕਿਲੋ ਬੀਜ ਵਧੀਆ ਰਹਿੰਦਾ ਗਾ, ਕਿਉਂ ਕੁਛ ਦਾਣੇ ਹਰੇ ਘੱਟ ਹੁੰਦੇ ਨੇਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਆਹ ਕਣਕ ਦੀ ਪੁਜੀਸ਼ਨ ਸਾਨੂੰ ਦੂਜੀਆਂ ਕਣਕਾਂ ਦੇ ਮੁਕਾਬਲੇ ਪੂਰੀ ਵਧੀਆ ਲੱਗ ਰਹੀ ਹੈਗੀ। ਕੋਈ ਇੱਦਾਂ ਦਾ ਨਹੀਂ ਲੱਗਦਾ ਵੀ ਇਹ ਹੈਪੀ ਸੀਡਰ ਨਾਲ ਬੀਜੀ ਹੋਈ ਆ, ਕੋਈ ਇਹ 'ਚ ਹਰੀ ਨਹੀਂ ਹੋਈ ਜਾਂ ਕੋਈ ਨੁਕਸਾਨ ਦੇ ਕੇ ਪੀਲੀ ਹੈਗੀ ਜਾਂ ਕੋਈ ਹੋਰ ਕਾਰਨ ਆ। ਹਾਲਾਂਕਿ ਇੱਕ ਬੈਨੀਫਿਟ ਆ ਇਹਦੇ ਵਿੱਚ ਕਿ ਵੀ ਦੇਖ ਲਓ ਗੁੱਲੀ ਡੰਡੇ ਦਾ ਫਟਾਰ ਕਿਤੇ ਵੀ ਨਹੀਂ ਵਿਖ ਰਿਹਾ, ਸਾਰੀ ਕਣਕ ਦੇ ਉੱਤੇ ਪਰਾਲੀ ਪਈ ਹੋਣ ਕਰਕੇ ਜਗ੍ਹਾ 'ਤੇ ਕੋਈ ਗੁੱਲੀ ਡੰਡੇ ਦਾ ਨਦੀਨਾਂ ਦਾ ਉਪਜਾਊ ਨਹੀਂ ਦਿੰਦਾ, ਤਾਂ ਸਾਡੀ ਗੁੱਲੀ ਡੰਡਿਆਂ ਦੀ ਦਵਾਈ ਬਚ ਜੂਗੀ। ਅਤੇ ਜਿਹੜਾ ਸਾੜ ਆ ਇਹ ਆਪਣੇ ਖਰਚੇ ਨੇ, ਇਹ ਆਉਣ ਵਾਲੇ ਟਾਈਮ 'ਚ ਗਲ ਕੇ ਇਹਨਾਂ ਦਾ ਰੇਹ ਬਣ ਜਾਊਗਾ। ਸੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਉਹੀ ਕਰਦਾ ਵੀ ਕੋਸ਼ਿਸ਼ ਕਰਿਆ ਕਰੋ ਇੱਦਾਂ ਦੇ ਕੰਮਾਂ ਦੀ, ਵੀ ਆਪਾਂ ਪ੍ਰਦੂਸ਼ਣ ਤੋਂ ਵੀ ਕੰਟਰੋਲ ਕਰੀਏ ਵੀ ਨਾਲੇ ਅੱਗੇ ਤੋਂ ਆਪਾਂ ਹੈਪੀ ਸੀਡਰ ਨਾਲ ਜੇ ਕਿਸੇ ਲਵੇ 10 ਕਿੱਲੇ ਨੇ ਤਾਂ 5 ਕਿੱਲੇ ਤਾਂ ਥੋੜ੍ਹਾ ਥੋੜ੍ਹਾ ਆਪਾਂ ਆਪ ਟ੍ਰਾਇਲ ਕਰਕੇ ਆਪਣੇ ਖੇਤ ਦੇ ਵਿੱਚ ਵੇਖੀਏ। ਸੋ ਧੰਨਵਾਦ।